ਇਹ ਇੱਕ ਬਹੁਤ ਹੀ ਦਿਲਚਸਪ ਸਾਇੰਸ ਦਾ ਪ੍ਰੋਜੈਕਟ ਹੈ, ਇਸ ਨੂੰ ਉਪਲਬਧ ਪੁਣੇ ਯੂਨੀਵਰਸਿਟੀ ਦੇ ਫਿਜ਼ਿਕਸ ਡਿਪਾਰਟਮੈਂਟ ਨੇ ਕਰਵਾਇਆ ਹੈ। ਇਹ ਡਿਜ਼ਾਈਨ ਕੀਤਾ ਗਿਆ ਸੀ ਐਲਜੀ ਕੋਰੀਆ ਦੁਆਰਾ। ਇਸ ਦੀ ਟਰੈਕ ਰਬਰਾਈਜ਼ ਮੈਗਨੇਟ ਨਾਲ ਬਣੇ ਹੋਏ ਨੇ ਜੋ ਕਿ ਬੜੇ ਲਚਕੀਲੇ ਨੇ। ਇਹੋ ਜਿਹੇ ਮੈਗਨੇਟ ਫਰਿੱਜ ਦੇ ਦਰਵਾਜ਼ੇ ਵਿੱਚ ਵੀ ਇਸਤੇਮਾਲ ਕੀਤੇ ਜਾਂਦੇ ਹਨ। ਜਦ ਮੈਗਨੇਟ ਦੇ ਦੋ ਇੱਕੋ ਜਿਹੇ ਚੁੰਬਕੀ ਧੁਰੇ ਆਪਸ ਵਿੱਚ ਮਿਲਦੇ ਹਨ ਤਾਂ ਇਹ ਰਿਪੈਲ ਕਰਦੇ ਹਨ, ਦੂਰ ਹੋ ਜਾਂਦੇ ਹਨ। ਪਰ ਜਦੋਂ ਇਹ ਓਪੋਜ਼ਿਟ ਚੁੰਬਕੀ ਧਰੂਵ ਨੇੜੇ ਆਉਂਦੇ ਨੇ ਤਾਂ ਇਹ ਚਿਪਕ ਜਾਂਦੇ ਨੇ, ਇੱਕ ਦੂਜੇ ਵੱਲ ਖਿੱਚੇ ਜਾਂਦੇ ਨੇ। ਇਹ ਮੈਗਨੇਟ ਪਲਾਸਟਿਕ ਦੀ ਪੱਟੜੀ ਦੇ ਢਾਂਚੇ ਵਿੱਚ ਰੱਖੇ ਹੁੰਦੇ ਹਨ ਤਾਂ ਜੋ ਮੈਗਨੇਟ ਦਾ ਅਨੁਕੂਲਨ ਇੱਕੋ ਪਾਸੇ ਹੋਏ। ਇਹ ਇੱਕ ਪੱਖਾ ਹੈ ਜੋ 3 ਵੋਲਟ ਦੀ ਬੈਟਰੀ ਨਾਲ ਜੁੜਿਆ ਹੈ। ਜਦ ਸਵਿੱਚ ਔਨ ਹੁੰਦਾ ਹੈ, ਬੈਟਰੀ ਦਾ ਪੱਖਾ ਚੱਲਦਾ ਹੈ। ਇਹ ਟ੍ਰੇਨ ਚੈਸੀਜ਼ ਹੈ। ਹੁਣ ਸਭ ਤੋਂ ਪਹਿਲੇ ਰਬੜ ਮੈਗਨੇਟ ਇਸ ਤਰ੍ਹਾਂ ਰੱਖੋ ਤਾਂ ਜੋ ਇਹ ਪੱਟੜੀ 'ਤੇ ਲੱਗੇ। ਮੈਗਨੇਟ ਨੂੰ ਰਿਪੈਲ ਕਰਨ ਅਤੇ ਆਪਸ ਵਿੱਚ ਚਿਪਕਣਾ। ਹੁਣ ਸਵਿੱਚ, ਮੋਟਰ ਅਤੇ ਬੈਟਰੀ ਦਾ ਪੈਕ ਆਪਣੀ ਆਪਣੀ ਨਿਰਧਾਰਿਤ ਜਗ੍ਹਾ 'ਤੇ ਦਿਖਾਏ ਅਨੁਸਾਰ ਰੱਖੋ। ਹੁਣ ਮੈਗਨੇਟ ਟ੍ਰੇਨ ਤਿਆਰ ਹੈ ਟ੍ਰਾਇਲ ਦੇਣ ਲਈ। ਹੁਣ ਟ੍ਰੇਨ ਚੈਸਿਸ ਨੂੰ ਟਰੈਕ ਪੱਟੜੀ 'ਤੇ ਰੱਖੋ। ਸਮਾਨ ਪੋਲਸ ਹੋਣ ਕਰਕੇ ਇਹ ਰਿਪੈਲ ਕਰਨਗੇ ਅਤੇ ਥੋੜ੍ਹਾ ਜਿਹਾ ਆਪਣੀ ਜਗ੍ਹਾ ਤੋਂ ਉੱਠ ਜਾਣਗੇ। ਪੱਟੜੀ ਨੂੰ ਥੋੜ੍ਹਾ ਝੁਕਾਉਣ, ਟਿਲਟ ਕਰਨ ਨਾਲ ਟ੍ਰੇਨ ਆਪ ਹੀ ਸਲਾਈਡ ਹੋਏਗੀ ਪੱਟੜੀ 'ਤੇ, ਕਿਉਂਕਿ ਟਿਲਟ ਹੋਣ ਨਾਲ ਫ੍ਰਿਕਸ਼ਨ ਬਹੁਤ ਜ਼ਿਆਦਾ ਘੱਟ ਜਾਂਦਾ ਹੈ। ਹੁਣ ਤੁਸੀਂ ਜਿਵੇਂ ਹੀ ਸਵਿੱਚ ਔਨ ਕਰੋਗੇ, ਪੱਖਾ ਚੱਲੇਗਾ ਅਤੇ ਟ੍ਰੇਨ ਨੂੰ ਇਸ ਦੀ ਉਲਟੀ ਦਿਸ਼ਾ ਵਿੱਚ ਧੱਕਾ ਲੱਗੇਗਾ, ਕਿਉਂਕਿ ਮੈਗਨੇਟਸ ਕਾਰਨ ਫ੍ਰਿਕਸ਼ਨ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਇਸ ਤਰ੍ਹਾਂ ਮੈਗਨੇਟ ਟ੍ਰੇਨ ਕੰਮ ਕਰਦੀ ਹੈ, ਬਹੁਤ ਵਧੀਆ ਲੱਗਦੀ ਹੈ।